ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੇ ਇਹ ਸਮੁੱਚੀ ਮਨੁੱਖਤਾ ਨੂੰ ਬਹੁਤ ਪਵਿੱਤਰ ਸਿਧਾਂਤ ਬਖਸ਼ਿਸ਼ ਕੀਤੇ। ਜਿਹੜੀ ਦੁਨੀਆ ਅੱਜ ਵੀ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਦੇ ਉਹਨਾਂ ਪਵਿੱਤਰ ਸਿਧਾਂਤਾਂ 'ਤੇ ਚੱਲਦੀ ਆ, ਉਹ ਆਪਣੇ ਲੋਕ ਅਤੇ ਪ੍ਰਲੋਕ ਸਹੇਲੇ ਕਰਕੇ ਜਾਂਦੀ। ਗੁਰੂ ਨਾਨਕ ਦੇਵ ਪਾਤਸ਼ਾਹ ਦਾ ਪਵਿੱਤਰ ਸਿਧਾਂਤ ਸੇਵਾ ਅਤੇ ਸਿਮਰਨ ਨੂੰ ਸਮਰਪਿਤ ਆ, ਅਤੇ ਜਿੱਥੇ ਖਾਲਸਾ ਪੰਥ ਅਤੇ ਸਮੁੱਚੀ ਦੁਨੀਆ ਇਸ ਪਵਿੱਤਰ ਸਥਾਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਜੀ ਵਿਖੇ ਧੰਨ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੁੰਦੀ ਆ, ਉੱਥੇ ਇਸ ਵਾਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵੱਖ ਵੱਖ ਸਕੂਲ ਅਤੇ ਕਾਲਜੇ ਉਹਨਾਂ ਦੇ ਜਿਹੜੇ ਸਤਿਕਾਰਯੋਗ ਵਿਦਿਆਰਥੀ ਅਤੇ ਉਹਨਾਂ ਦੇ ਸਮੇਤ ਸਟਾਫ ਉਹ 7 ਜੂਨ ਤੋਂ ਲੈ ਕੇ 30 ਜੂਨ ਤੱਕ ਇਸ ਪਵਿੱਤਰ ਸਥਾਨ ਦੀ ਪ੍ਰਕਰਮਾ ਦੇ ਵਿੱਚ ਅੰਦਰ ਪੁਲ ਦੇ ਉੱਤੇ ਉਹ ਜਿਹੜੀ ਸੇਵਾ ਨਿਭਾ ਰਹੇ ਆ। ਮੈਂ ਸਮਝਦਾ ਹਰ ਇੱਕ ਬੱਚੇ ਦੀ ਅਤੇ ਮਾਂ ਪਿਓ ਦੀ ਚਾਹਨਾ ਹੁੰਦੀ ਆ ਕਿ ਛੁੱਟੀਆਂ ਦੇ ਵਿੱਚ ਉਸ ਸਥਾਨ 'ਤੇ ਜਾਇਆ ਜਾਵੇ ਜਿੱਥੇ ਸਦੀਪ ਜਿਹੜੀ ਆ ਉਹ ਯਾਦ ਬਣ ਜਾਏ, ਅਤੇ ਮੈਂ ਸਮਝਦਾ ਨਾ ਬੱਚਿਆਂ ਦੇ ਹਿੱਸੇ ਸਦੀਪ ਯਾਦ ਇਹ ਛੁੱਟੀਆਂ ਬਣ ਗਈਆਂ ਕਿ ਗੁਰੂ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਦਰ 'ਤੇ ਦੇਸ਼ ਵਿਦੇਸ਼ ਦੀ ਧਰਤੀ ਤੋਂ ਹਰ ਇੱਕ ਸਿੱਖ ਦੀ ਚਾਹਨਾ ਹੁੰਦੀ ਵੀ ਕਦੋਂ ਮੈਨੂੰ ਸਮਾਂ ਮਿਲੇ ਇਸ ਪਵਿੱਤਰ ਧਰਤੀ 'ਤੇ ਆ ਕੇ ਸਤਿਗੁਰਾਂ ਦੇ ਪਵਿੱਤਰ ਜਲ ਦਾ ਸਰੋਵਰ ਦੇ ਵਿੱਚ ਇਸ਼ਨਾਨ ਕਰਾਂ, ਹਰ ਕੀ ਪੌੜੀ ਤੋਂ ਚੂੜਾ ਲਾਵਾਂ ਅਤੇ ਪ੍ਰਕਰਮਾਂ ਦੇ ਵਿੱਚ ਸੇਵਾ ਕਰਾਂ, ਭਾਂਡੇ ਮਾਂਜਾਂ ਜੋੜਿਆਂ ਦੀ ਸੇਵਾ ਕਰਾਂ। ਸੋ ਇਹ ਅੱਜ ਖਾਲਸਾ ਕਾਲਜ ਕਰਹਾਲੀ ਤੋਂ, ਖਾਲਸਾ ਕਾਲਜ ਪਟਿਆਲੇ ਤੋਂ ਸਮੇਤ ਸਟਾਫ ਬੱਚੇ ਜਿਹੜੇ ਆ ਉਹ ਅੱਜ ਇੱਥੇ ਸੇਵਾ ਕਰਨ ਪਹੁੰਚੇ, ਜਿਹੜੇ ਆ ਬੱਚੀਆਂ ਸਾਡੀਆਂ ਬੈਠੀਆਂ ਵਿੱਚ ਕਿਉਂਕਿ ਐਗਜ਼ਾਮ ਵੀ ਚੱਲ ਰਹੇ ਆ, ਅਤੇ ਮੈਂ ਸਮਝਦਾ ਇਹਨਾਂ ਦੇ ਹਿੱਸੇ ਇੱਕ ਸਦੀਪ ਇਹ ਯਾਦ ਆਉਣੀ ਆ ਕਿ ਸਾਨੂੰ ਵਿਦਿਆਰਥੀ ਲਾਈਫ ਦੇ ਵਿੱਚ ਇੱਕ ਦਿਨ ਸੱਚਖੰਡ ਸ਼੍ਰੀ ਹਰਿਮੰਦਰ ਸਾਹਿਬ ਵਿਖੇ ਸੇਵਾ ਕਰਨ ਦਾ ਜਿਹੜਾ ਉਹ ਸੁਭਾਗਾ ਸਮਾਂ ਪ੍ਰਾਪਤ ਹੋਇਆ। ਬੱਚਿਆਂ ਨੂੰ ਵੀ ਬੇਨਤੀ ਕਰੂੰਗਾ ਵੀ ਬੋਲਣਾ ਘੱਟ ਆ, ਮਤਲਬ ਦੀ ਓਨੀ ਗੱਲ ਕਰਨੀ ਆ, ਜਿੱਥੇ ਸੇਵਾ ਕਰਨੀ ਉੱਥੇ ਨਾਲ ਵਾਹਿਗੁਰੂ ਦਾ ਪਵਿੱਤਰ ਜਾਪ ਵੀ ਕਰਨਾ, ਦੋ ਫਲ ਪ੍ਰਾਪਤ ਹੋਣਗੇ, ਇੱਕ ਤਾਂ ਇਸ ਸਥਾਨ 'ਤੇ ਅਤੇ ਇੱਕ ਉੱਤੇ ਸਥਾਨ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਪ੍ਰਲੋਕ। ਇਹ ਪਵਿੱਤਰ ਸਿਧਾਂਤ ਗੁਰੂ ਨਾਨਕ ਦੇਵ ਪਾਤਸ਼ਾਹ ਨੇ ਸਾਨੂੰ ਬਖਸ਼ਿਸ਼ ਕੀਤਾ ਸੀ। ਸੋ ਬੱਚਿਆਂ ਨੂੰ, ਇਹਨਾਂ ਦੇ ਸਟਾਫ ਨੂੰ, ਸਾਰੇ ਨੂੰ ਬਹੁਤ ਬਹੁਤ ਵਧਾਈ ਦਿੰਦਾ, ਅਤੇ ਫਿਰ ਕਾਮਨਾ ਕਰਦਾ ਕਿ ਇਹ ਜਿਹੜੀ ਤੁਹਾਡੀ ਸੇਵਾ ਇਹ ਸਫਲ ਆ, ਇਹ ਤੁਹਾਡੇ ਸਮਾਜਿਕ ਜੀਵਨ ਦੇ ਵਿੱਚ ਵੀ ਅਤੇ ਤੁਹਾਡੇ ਅਧਿਆਤਮਿਕਤਾ ਦੇ ਜੀਵਨ ਦੇ ਵਿੱਚ ਵੀ ਅਤੇ ਤੁਹਾਡੇ ਇਕਨੋਮਿਕ ਜੀਵਨ ਦੇ ਵਿੱਚ ਵੀ ਇਹਦਾ ਬਹੁਤ ਵੱਡਾ ਫਲ ਪ੍ਰਾਪਤ ਹੋਣਾ। ਸਾਰਿਆਂ ਬੱਚਿਆਂ ਨੂੰ, ਉਹਨਾਂ ਦੇ ਸਮੁੱਚੇ ਸਟਾਫ ਨੂੰ ਬਹੁਤ ਬਹੁਤ ਵਧਾਈ ਦਿੰਦਾ, ਅਤੇ ਇਹਨਾਂ ਦੇ ਚੰਗੇ ਭਵਿੱਖ ਦੀ ਕਾਮਨਾ ਵੀ ਕਰਦਾ ਕਿ ਗੁਰੂ ਸਾਹਿਬ ਜੀ ਹਮੇਸ਼ਾ ਵਾਸਤੇ ਬੱਚੇ ਬੱਚੀਆਂ ਸੇਵਾ ਨੂੰ ਸਮਰਪਿਤ ਰਹਿਣ, ਗੁਰੂ ਘਰਾਂ ਦੇ ਪਵਿੱਤਰ ਸਿਧਾਂਤਾਂ ਨੂੰ ਪ੍ਰਣਾਏ ਰਹਿਣ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।